ਅੰਮ੍ਰਿਤਸਰ ਬਠਿੰਡਾ ਨੈਸ਼ਨਲ ਹਾਈਵੇ ਤੇ ਪਿੰਡ ਪੱਥਲ ਨਜ਼ਦੀਕ ਇੱਕ ਤੇਜ਼ ਰਫ਼ਤਾਰ ਕਾਰ ਅਤੇ ਮੋਟਰਸਾਈਕਲ ਦਰਮਿਆਨ ਵਾਪਰੇ ਸੜਕੀ ਹਾਦਸੇ ਵਿੱਚ ਮੋਟਰਸਾਈਕਲ ਤੇ ਸਵਾਰ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਉਸ ਦੇ ਪਿੱਛੇ ਬੈਠੀ ਔਰਤ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ, ਜਿਸ ਨੂੰ ਆਸ ਪਾਸ ਦੇ ਲੋਕਾਂ ਨੇ ਸਵਾਰੀ ਦਾ ਇੰਤਜ਼ਾਮ ਕਰਕੇ ਹਸਪਤਾਲ ਪਹੁੰਚਾਇਆ ਅਤੇ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਐਂਬੂਲੈਂਸ ਆਉਣ ਵਿੱਚ ਦੇਰੀ ਹੋਣ ਕਾਰਨ ਉਕਤ ਵਿਅਕਤੀ ਦੀ ਮੌਤ ਹੋ ਗਈ। ਮਰਨ ਵਾਲੇ ਵਿਅਕਤੀ ਦੀ ਪਹਿਚਾਣ ਪਿੰਡ ਸੈਦੋ ਵਾਸੀ ਕਾਬਲ ਸਿੰਘ ਅਤੇ ਜ਼ਖਮੀ ਦੀ ਪਹਿਚਾਣ ਮਨਜੀਤ ਕੌਰ ਵਜੋਂ ਹੋਈ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਉਹ ਸੈਦੋ ਦੇ ਪਿੰਡ ਰਤੋਕੇ ਵਿਖੇ ਮੋਟਰਸਾਈਕਲ ਤੇ ਸਵਾਰ ਹੋ ਕੇ ਵਿਆਹ ਦੇਖਣ ਜਾ ਰਹੇ ਸਨ। ਉਧਰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਰਣਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਆਉਣ ਤੇ ਉਹਨਾਂ ਦੇ ਬਿਆਨ ਦਰਜ ਕਰ ਅਗਲੀ ਕਾਰਵਾਈ ਕੀਤੀ ਜਾਵੇਗੀ। ਸੈਦੋ ਤੋਂ ਆ ਰਹੇ ਜੀ ਭਾਈ ਤੇ ਰਤੋਕੇ ਵਿਆਹ ਸੀ, ਉੱਥੇ ਜਾ ਰਹੇ। ਆਪਾਂ ਤੇ ਅੰਦਰ ਸੀ ਤੇ ਭੱਜ ਗਏ, ਜਦੋਂ ਆਏ ਗੱਡੀ ਅੰਮ੍ਰਿਤਸਰ ਵਾਲੀ ਸਾਈਡ ਤੋਂ ਆਉਣ ਡਈ ਸੀ ਤੇ ਮੋਟਰਸਾਈਕਲ ਇਧਰੋਂ ਚੜਿਆ ਇਸ ਸਾਈਡ ਤੋਂ, ਪਤਾ ਨੀ ਪੰਪ ਤੋਂ ਤੇਲ ਪਵਾ ਗਿਆ ਆ ਕਿ ਰੱਤੇ ਗੁੱਦੇ ਵਾਲੇ ਬਣੇ ਆਏ ਆ ਤੇ ਗੱਡੀ ਵਿੱਚ ਵੱਜੀ ਆ ਤੇ ਦੋਵੇਂ ਵਿਚਾਰੇ, ਇੱਕ ਤਾਂ ਸੀਰੀਅਸ ਦਾ ਇੱਕ ਭਾਊ ਪੂਰਾ ਹੋ ਗਿਆ। ਇਹ ਸੰਗਵਾਨ ਸੈਦੋ ਦੇ ਆ। ਹਾਂਜੀ ਹਾਂਜੀ ਦੱਸਿਆ ਜੀ, ਪੁਲਿਸ ਰਿਪੋਰਟ ਹੋਈ ਆ, ਐਂਬੂਲੈਂਸ ਨਹੀਂ ਆਈ। ਐਂਬੂਲੈਂਸ ਘੰਟਾ ਇੱਕ ਇੱਥੇ ਵੇਟ ਕਰਦੇ ਰਹੇ, ਐਂਬੂਲੈਂਸ ਨਹੀਂ ਆਈ। ਮੁੜ ਕੇ ਆਹ ਮੁੰਡੇ ਵਿਚਾਰੇ ਨੇ ਆਏ ਨੇ ਖੜਿਆ ਗੱਡੀ 'ਤੇ ਪਾ ਕੇ, ਐਂਬੂਲੈਂਸ ਕੋਈ ਨਹੀਂ ਆਈ ਸਰਿਆਲੀ। ਭਾਈ ਐਂਬੂਲੈਂਸ ਆਈ ਨਹੀਂ, ਮੈਂ ਨੈਸ਼ਨਲ ਹਾਈਵੇ 'ਤੇ ਡਿਊਟੀ ਕਰਦਾ, ਇੱਥੇ ਅਸੀਂ ਰੋਡ 'ਤੇ ਕੰਮ ਕਰ ਰਹੇ ਸੀ। ਜਦੋਂ ਰੋਡ 'ਤੇ ਕੰਮ ਕਰਦੇ ਦੇਖਿਆ ਕਿ ਐਕਸੀਡੈਂਟ ਹੋਇਆ, ਰੋਟੀ ਖਾ ਕੇ ਨਿਕਲੇ ਅਸੀਂ। ਜਦੋਂ ਐਕਸੀਡੈਂਟ ਅੱਧਾ ਘੰਟਾ ਘੰਟਾ ਇੱਕ ਵੇਟ ਕਰਦੇ ਰਹੇ, ਐਂਬੂਲੈਂਸ ਨਹੀਂ ਆਈ। ਮੈਂ ਆਪਣੇ ਦੱਸ ਦਿੱਤੀ ਦੇ ਪਿੱਛੇ ਪਾ ਕੇ ਲੈ ਕੇ, ਜਿੰਨੇ ਵੀਰ ਭਰਾ ਆਪ ਸਾਰੇ ਹੀ ਜਿੰਨੇ ਵੀ ਇਹਨਾਂ ਉਹਦੇ ਪੇਸ਼ੈਂਟ ਲੱਦ ਕੇ ਸਰਿਆਲੀ ਉੱਤੇ ਦੇ ਕੇ ਆਉਂਦਾ ਜੀ। ਭਾਅ ਜੀ ਉੱਥੇ ਵੀ ਐਂਬੂਲੈਂਸ ਨਹੀਂ ਆਈ, ਭਾਅ ਜੀ ਸਰਿਆਲੀ ਵੀ ਬੁਲਾਉਂਦੇ ਰਹੇ ਰੈਫਰ ਕਰਨ ਵਾਸਤੇ, ਉੱਥੇ ਵੀ ਨਹੀਂ ਆਈ। ਜਾਂਦੇ ਜਾਂਦੇ ਇੱਕ ਆਦਮੀ ਦੀ ਔਰਤ ਜਿਹੜੀ ਔਰਤ ਸੀ ਉਹਦੇ ਸਾਹ ਚੱਲਦੇ ਸੀ, ਜਿਹੜਾ ਆਦਮੀ ਉਹ ਡੈੱਡ ਬੋਡੀ ਹੋ ਗਿਆ ਜੀ ਬਿਲਕੁਲ। ਨਹੀਂ ਉਹ ਵੀ ਸੀਰੀਅਸ ਸੀ ਜੀ, ਉਹ ਵੀ ਮੁਸ਼ਕਿਲ ਹੈ ਜੀ, ਐਂਬੂਲੈਂਸ ਕਰਕੇ ਜੀ ਹੋਇਆ ਕੰਮ। ਹੁਣ ਤੱਕ ਪਤਾ ਚੱਲਿਆ ਜੀ ਇੱਕ ਬਾਕੀ ਇੱਕ ਜਨਾਨੀ ਸੀ ਜਿਹੜੀ ਕਾਫੀ ਉਮਰ ਬਜ਼ੁਰਗ ਸੀ, ਉਹਨੂੰ ਰੈਫਰ ਕਰ ਦਿੱਤਾ ਤਰਨ ਤਾਰਨ ਦਾ ਜੀ, ਉਹਦਾ ਜੇਰੇ ਇਲਾਜ ਚੱਲ ਰਹੀ ਹੈ ਜੀ ਅਤੇ ਬਾਕੀ ਤਫਤੀਸ਼ ਚੱਲ ਰਹੀ ਹੈ ਜੀ, ਜੋ ਵੀ ਇਹਦੇ 'ਤੇ ਬਣਦੀ ਕਾਰਵਾਈ ਉਹ ਕੀਤੀ ਜਾਵੇਗੀ। ਤੁਹਾਨੂੰ ਗਲਤੀ ਕਿਹਦੀ ਲੱਗਦੀ ਹਜੇ ਤੱਕ ਤਾਂ ਜੇ ਜਾਂਚ ਚੱਲ ਰਹੀ ਇਹਦੇ ਬਾਰੇ ਸਪਸ਼ਟੀਕਰਨ ਨਹੀਂ ਦਿੱਤਾ ਜਾ ਸਕਦਾ ਜੀ ਕਿਹਦੀ ਗਲਤੀ ਹੈ ਜੀ ਹਜੇ ਇਹਦੇ ਬਾਰੇ ਤਫਤੀਸ਼। ਇਹ ਪੱਕਾ ਜੇ ਜਾਣਕਾਰੀ ਉਹਨਾਂ ਦੇ ਵਾਰਸ ਆ ਜਿੱਦਾਂ ਕਰਨ ਮਿਲ ਰਹੀ ਰਹੇ ਜੀ, ਜਦੋਂ ਵਾਰਸ ਆ ਜਾਣਗੇ ਹਜੇ ਕਲੀਅਰ ਹੀ ਨਹੀਂ ਹੋ ਰਿਹਾ ਜੀ। ਹੋਰ ਵੀ ਕੰਫਿਊਜ਼ ਹੈ ਜੀ, ਜਿਹੜਾ ਵੀ ਏਰੀਏ ਦਾ ਆ ਜੀ ਉਹ ਥੋੜ੍ਹਾ ਪ੍ਰੋਬਲਮ ਆਉਣ ਚੱਲ ਰਹੀ ਹੈ। ਇੱਕ ਬੰਦੇ ਦੀ ਮੌਤ ਹੋਈ? ਹਾਂਜੀ ਇੱਕ ਬੰਦੇ ਦੀ ਮੌਤ ਹੋਈ। ਤਰਨਤਾਰਨ ਤੋਂ ਸਰਬਜੀਤ ਸਿੰਘ ਦੀ ਰਿਪੋਰਟ। ਪ੍ਰੈਸ ਦ ਬੈਲ ਆਈਕਨ ਫੋਰ ਨਿਊਜ਼ ਅਪਡੇਟਸ।